वाहिगुरु जी का खालसा, वाहिगुरु जी की फतेह। अज का इतिहास लैके आप सिख संगत के सन्मुख हाजिर होया हाँ। अज 16 जून, यह दिन सिखा की बहादरी का प्रतीक है। जो ननकाणा साहब का साका वापरदा है ना, तो उस साके दे विच कल्ला नारायण दास महंत ही दोषी नहीं, उन्दे नाल लाहौर का पुलिस का मुखी, उतों का DC, उतों के CID विभाग के इंचार्ज, कल्ले अंग्रेज ही नहीं, इन्हां दे विच कई संप्रदायी लोग ते ओ सिख लीडर जिन्हां नूं सिख ते बड़ा सन्मान दिंदे सन, पर ओ सिखां दे मुकाबले अंग्रेजां दे टुकड़ियां ते वध पलदे सन। जदों ये गल्लां गुझियां ना रहियां, प्रगट होईयां, अंग्रेजी जजां ने भी महंत नारायण दास नूं खास रियायतां दित्तियां। 10 दिन जदों ओ तिहाड़ जेल गया आ, तो उत्थे भी उन्हूं खास रियायतां दित्तियां गईयां। ए क्लास ग्रेड दे विच रख्या गया उन्हूं, ओ रियायतां दित्तियां गईयां जिहड़ियां अंग्रेज कैदियों नूं दित्तियां जांदियां। सिखां दे विच इस गल दा बड़ा रोस सी। उन्होंने अपने वल्लों फिर सब तो पहला मिस्टर बोरिंग नूं, जिहड़ा कि CID विभाग का इंचार्ज सी, उन्हूं गड्डी चाढ़न दा सोचिया। इन्होंने सरदार बेला सिंह, सरदार गंडा सिंह, कई गुरमुखां ने रै बनाई भी आपां 19 तरीक नूं इहनूं लाहौर शहर दे विच जाके मौत दे घाट उतारना आ। परंतु अपने किसी गदार बंदे ने सरकार नूं इहदी इतलाह दे दित्ती। जदों गिरफ्तारी हुई, बाकियां नूं गिरफ्तार कर लिया गया, गंडा सिंह ने गवाह बन के माफ़ीनामा लै लिया कि मैं गवाही देवांगा भी हाँ इन्हां ने इन्हां नूं मारन की प्लैनिंग बनाई हुई सी। ਜਦੋਂ ਇਹ ਗੱਲ ਵਿੱਚੋਂ ਆਉਂਦੀ ਹੈ ਤਾਂ ਜਿਹੜੇ ਨਾਲ ਦੇ ਨੇ ਉਹ ਵੀ ਵਾਰੀ ਵਾਰੀ ਫੜੇ ਜਾਂਦੇ ਨੇ। ਪਰੰਤੂ ਮਾਸਟਰ ਮੋਤਾ ਸਿੰਘ ਜੀ ਜਿਹੜੇ ਇਸ ਸਾਰੇ ਕਰਮ ਦਾ ਮਾਸਟਰ ਮਾਈਂਡ ਸਨ, ਉਹਨਾਂ ਨੂੰ ਗ੍ਰਿਫਤਾਰ ਨਹੀਂ ਕਰ ਸਕੇ ਕਿਉਂਕਿ ਉਹ ਰੂਪੋਸ਼ ਸਨ। ਸਾਡੀ ਕੌਮ ਵਿੱਚ ਜਿੱਥੇ ਬਹਾਦਰਾਂ ਦੀ ਕਮੀ ਨਹੀਂ, ਸੁੱਖ ਨਾਲ ਉੱਥੇ ਸਾਨੂੰ ਗਦਾਰਾਂ ਦੀ ਵੀ ਕਮੀ ਨਹੀਂ ਗੀ। ਜਿਹੜੇ ਸਚਿਆਰ ਸਿੱਖ ਨੇ ਉਹ ਗੁਰੂ ਸਾਹਿਬ ਵੱਲ ਦੇਖਦੇ ਨੇ, ਅਤੇ ਜਿਹੜੇ ਗਦਾਰ ਹੁੰਦੇ ਨੇ ਉਹ ਟੁਕੜਿਆਂ ਵੱਲ ਵੇਖਦੇ ਨੇ, ਉਹ ਰੋਟੀ ਦੇ ਬੁਕਚੜਾਂ ਵੱਲ ਵੇਖਦੇ ਨੇ। ਬਿਲਕੁਲ ਇਸੇ ਤਰੀਕੇ ਦੇ ਨਾਲ ਸਰਦਾਰ ਮੋਤਾ ਸਿੰਘ ਇੱਕ ਦਿਨ ਅੰਮ੍ਰਿਤਸਰ ਦੇ ਇਲਾਕੇ ਦੇ ਵਿੱਚ ਕਿਸੇ ਪਿੰਡ ਵਿੱਚ ਨੇ, ਤਾਂ ਕਿਸੇ ਆਪਣੇ ਹੀ ਗਦਾਰ ਨੇ ਸਰਕਾਰ ਨੂੰ ਇਤਲਾਹ ਦਿੱਤੀ ਕਿ ਮੋਤਾ ਸਿੰਘ ਇਸ ਪਿੰਡ ਦੇ ਵਿੱਚ ਲੁਕੇ ਹੋਏ ਨੇ, ਸਰਕਾਰ ਉਹਨਾਂ ਨੂੰ ਘੇਰਾ ਪਾਉਂਦੀ ਹੈ। ਪਿੰਡ ਵਾਸੀ ਕਹਿੰਦੇ ਨੇ ਕਿ ਅਸੀਂ ਮਾਸਟਰ ਮੋਤਾ ਸਿੰਘ ਨੂੰ ਗ੍ਰਿਫਤਾਰ ਨਹੀਂ ਹੋਣ ਦੇਣਾ, ਅਸੀਂ ਤੁਹਾਨੂੰ ਇੱਥੋਂ ਰਾਤ ਦੇ ਹਨੇਰੇ ਵਿੱਚ ਭਜਾ ਦਿਆਂਗੇ। ਪਰੰਤੂ ਪੁਲਿਸ ਦੇ ਵੱਲੋਂ ਇਹ ਅਨਾਊਂਸਮੈਂਟ ਕੀਤੀ ਜਾਂਦੀ ਕਿ ਜੇ ਮਾਸਟਰ ਮੋਤਾ ਸਿੰਘ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਜਾਂ ਪਿੰਡ ਵਾਲੇ ਉਹਨੂੰ ਨਹੀਂ ਗ੍ਰਿਫਤਾਰ ਕਰਵਾਉਂਦੇ, ਤਾਂ ਅਸੀਂ ਸਾਰੇ ਪਿੰਡ ਦੇ ਲੋਕਾਂ ਨੂੰ ਬੁਰੀ ਤਰੀਕੇ ਦੇ ਨਾਲ ਨੁਕਸਾਨ ਪਹੁੰਚਾਵਾਂਗੇ, ਇਹਨਾਂ ਦੇ ਵਿੱਚ ਜਾਨੀ ਮਾਲੀ ਨੁਕਸਾਨ ਜੋ ਵੀ ਹੋਏਗਾ ਉਹਦਾ ਪਿੰਡ ਜ਼ਿੰਮੇਵਾਰ ਹੋਏਗਾ। ਮਾਸਟਰ ਮੋਤਾ ਸਿੰਘ ਨੂੰ ਇਹ ਗੱਲ ਕਦੇ ਵੀ ਪਰਵਾਹ ਨਹੀਂ ਸੀ ਕਿ ਇੱਕ ਮੇਰੇ ਕਰਕੇ ਸਾਰੇ ਪਿੰਡ ਨੂੰ ਕੋਈ ਦਿੱਕਤ ਆਵੇ। ਉਹ ਆਪ ਫਿਰ ਬਾਹਰ ਆਉਂਦੇ ਨੇ, ਖੁਸ਼ੀ ਦੇ ਨਾਲ ਆਪਣੀ ਗ੍ਰਿਫਤਾਰੀ ਦਿੰਦੇ ਨੇ। ਗ੍ਰਿਫਤਾਰੀ ਦੇ ਕੇ ਇੱਕ ਗੱਲ ਦੱਸਦੇ ਨੇ, ਭਲਿਓ ਜੇ ਅਸੀਂ ਸਾਹਮਣੇ ਅੜ ਸਕਦੇ ਹਾਂ ਨਾ, ਤਾਂ ਸਾਨੂੰ ਤੁਸੀਂ ਸੱਚੀ ਸੁੱਚੀ ਭਾਵਨਾ ਨਾਲ ਤਾਂ ਝੁਕਾ ਵੀ ਨਹੀਂ ਸਕਦੇ। ਹਾਂ, ਬੇਦੋਸ਼ੀਆਂ ਨੂੰ ਜੇ ਮੋਹਰਾ ਬਣਾ ਕੇ ਤੁਸੀਂ ਸਾਨੂੰ ਗ੍ਰਿਫਤਾਰ ਕਰ ਵੀ ਲੈਂਦੇ ਹੋ, ਤਾਂ ਇਹ ਤੁਹਾਡੀ ਬੁੱਝਦਿਲੀ ਦਾ ਪ੍ਰਤੀਕ ਹੈ, ਤੁਹਾਡੀ ਬਹਾਦਰੀ ਦਾ ਨਹੀਂ। ਸਤਿਗੁਰੂ ਕਿਰਪਾ ਕਰਨ, ਇਹ ਸਾਡੇ ਵੱਡਿਆਂ ਦਾ ਮਾਣ ਮੱਤਾ ਇਤਿਹਾਸ। ਇਹ ਘਟਨਾ ਅੱਜ ਦੇ ਦਿਨ 16 ਜੂਨ 1923 ਨੂੰ ਵਾਪਰੀ। ਫੁੱਲ ਚੁੱਕ ਦੀ ਖੇਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।